ਹਾਂਜੀ ਸਸਿਗਾਲ ਦੀ ਸਾਰਿਆਂ ਨੂੰ ਸੋ ਕਿਵੇਂ ਹੋ ਸਾਰੇ ਫਿਰ ਵਿਦਿਆਰਥੀ ਦੋਸਤੋ ਸੋ ਇੱਕ ਖਬਰ ਤੁਹਾਡੇ ਲਈ ਹੈ ਜੋ ਕਿ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਵਿਦਿਆਰਥੀ ਪੜ੍ਹਦੇ ਹਨ ਸੋ ਧਿਆਨ ਨਾਲ ਸੁਣਿਓ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਹੋਮ ਅਫੇਅਰਸ ਐਂਡ ਜਸਟਿਸ ਵੱਲੋਂ ਇਹ ਨੋਟਿਸ ਜੋ ਕੱਢਿਆ ਗਿਆ ਹੈ ਇਹ ਹੈਗਾ ਨੋਟਿਸ ਅੱਜ ਦਾ ਹਨ ਤੇ ਆ ਦੇਖਦੇ ਆਪਾਂ ਅੱਗੇ ਇਹਨਾਂ ਨੇ ਲਿਖਿਆ ਕੀ ਹੈਗਾ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਯੂਨੀਵਰਸਿਟੀ ਤੇ ਕਾਲਜ ਦੇ ਵਿੱਚ ਵਿਦਿਆਰਥੀ ਜੋ ਪੜ੍ਹਦੇ ਨੇ ਚਾਹੀਓ ਮੈਡੀਕਲ ਵਿਭਾਗ ਚਾਹੀਓ ਨਰਸਿੰਗ ਕਾਲਜ ਠੀਕ ਹੈ ਤੇ ਨਾਲ ਹੀ ਸਕੂਲ ਨੇ ਜਿਹੜੇ ਤੇ 6ਵੀਂ ਕਲਾਸ ਤੋਂ ਲੈ ਕੇ +2 ਤੱਕ ਨੇ ਜੋ ਵਿਦਿਆਰਥੀ ਨੇ ਠੀਕ ਹੈ ਤੇ ਨਾਲ ਹੀ ਪੋਲੀਟੈਕਨਿਕਸ ਤੇ ਆਈਟੀਆਈਸ ਕੋਚਿੰਗ ਇੰਸਟੀਟਿਊਸ਼ਨ ਲਾਇਬ੍ਰੇਰੀਸ ਟ੍ਰੇਨਿੰਗ ਇੰਸਟੀਟਿਊਸ਼ਨ ਤੇ ਇਹ ਜਿਹੜੇ ਸਾਰੇ ਇਹ ਵਿਭਾਗ ਨਹੀਂ ਖੁੱਲਣਗੇ 7 ਤਰੀਕ ਤੋਂ ਲੈ ਕੇ ਠੀਕ ਆ ਉਹਨਾਂ ਬਾਅਦ ਖੁੱਲਣਗੇ ਹਨ 7 ਤਰੀਕ ਤੋਂ ਲੈ ਕੇ ਖੁੱਲ ਜਾਣੇ ਨੇ ਸੋ ਅ ਫਰਬਰੀ 7 ਯਾਨੀ ਕਿ ਕੱਲ ਤੋਂ ਹਨਾ ਸਕੂਲ ਨੇ ਜਿਹੜੇ ਸਟਾਰਟ ਹੋ ਜਾਣੇ ਨੇ ਚਾਹੇ ਕਾਲਜ ਨੇ ਚਾਹੇ ਕੋਈ ਵੀ ਇੰਸਟੀਟਿਊਸ਼ਨ ਹੈਗੇ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ 15 ਸਾਲ ਤੋਂ ਬਾਧੂਮਰ ਦੇ ਬੱਚੇ ਨੇ ਉਹਨਾਂ ਦੇ ਘੱਟੋ ਘੱਟ ਇੱਕ ਡੋਜ਼ ਆ ਜਿਹੜੀ ਉਹ ਲੱਗੀ ਹੋਣੀ ਚਾਹੀਦੀ ਆ ਦੇ ਨਾਲ ਹੀ ਕੋਵਿਡ ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਡਿਸਟੈਂਸ ਹੈ ਜਿਹੜਾ ਬਣਾ ਕੇ ਰੱਖਣਾਗਾ ਕਟੂਕਟ ਇੱਕ ਵੈਕਸੀਨ ਲਗਣੀ ਜ਼ਰੂਰੀ ਹੈ ਜਿਸ ਕਾਰਨ ਕਿ ਬਾਕੀਆਂ ਨੂੰ ਕੋਈ ਇਫੈਕਟ ਹੋਣ ਦਾ ਕੋਈ ਚਾਂਸ ਨਾ ਹੋਵੇ ਸੋ ਸਕੂਲ ਤੇ ਕਾਲਜ ਨੇ ਜਿਹੜੇ 7 ਤਰੀਕ ਤੋਂ ਖੁੱਲ ਜਾਣਗੇ ਮਿਲਦੇ ਆਪ ਅਗਲੀ ਵੀਡੀਓ ਦੇ ਵਿੱਚ